ਉਧਰੋਂ ਮਿੰਟੂ ਜੀ ਆਪਾਂ ਆਪਣੀ ਪੁਲਿਸ ਦੀ ਗੱਲ ਵੀ ਕਰ ਲੀਏ ਜੀ ਪੁਲਿਸ ਕਹਿੰਦੇ ਕਿ ਵਰਦੀ ਲਾ ਕੇ ਚੱਲੀ ਆ ਬਾਈ ਬਾਈ ਟਾਟਾ ਤੁਸੀਂ ਡੇਲੀ ਪੁਲਿਸ ਦੀ ਗੱਲ ਛੇੜ ਲੈਂਦੇ ਜੇ ਮੇਰੀ ਖੈਰ ਨਹੀਂ ਹੈਗੀ ਕਿਸੇ ਦਿਨ ਸਹੀ ਅੱਗੇ ਮੈਨੂੰ ਘੇਰ ਲਿਆ ਮੈਂ ਉਧਰ ਆ ਰਿਹਾ ਸੀਗਾ ਅੱਛਾ ਜੀ ਆ ਜਾ ਆ ਜਾ ਲਾ ਦੇ ਸਾਈਡ ਤੇ ਆਪਾਂ ਸਾਈਡ ਤੇ ਲਾ ਕੇ ਹੱਥੀ ਜੋੜਦੇ ਸੀ ਹੋਰ ਆਪਾਂ ਕੀ ਕਰਦੇ ਹਾਂ ਹਾਂ ਚਲੋ ਚੈਕਿੰਗ ਕਰ ਰਹੇ ਸੀਗੇ ਚਲੋ ਸ਼ੁਕਰਾਨਾ ਨੇ ਰਿਫਾਰਮਸ ਦੀ ਗੱਲ ਨਹੀਂ ਕੀਤੀ ਫਿਰ ਨਹੀਂ ਨਹੀਂ ਉਹ ਉਹ ਕਰ ਲਈ ਸੀ ਉਹ ਕਹਿੰਦੇ ਉਹ ਕਿ 13ਵੀਂ ਤਨਖਾਹ ਆ ਤੇਰਾ ਪ੍ਰੋਗਰਾਮ ਸੁਣਿਆ ਸੀ ਜਾ ਇੰਨਾ ਕੋ ਫਾਇਦਾ ਹੋ ਜਾਂਦਾ ਨਹੀਂ ਉਹ ਉਹਨਾਂ ਦੀ ਚੈਕਿੰਗ ਆ ਬਾਈ ਜ਼ਰੂਰੀ ਹੈ ਉਹਨਾਂ ਨੂੰ ਜੋ ਪੁੱਛਣਾ ਦੱਸਣਾ ਕੋਈ ਗੱਲ ਨਹੀਂ ਆ ਜੀ ਤੇ ਉਹ ਮੁੰਡੇ ਸੀਗੇ ਉਹ ਕਹਿੰਦੇ ਕਹਿੰਦੇ ਤੁਹਾਡਾ ਸੁਣਿਆ ਸੀ ਕੱਲ ਅਸੀਂ 13ਵੀਂ ਤਨਖਾਹ ਆ ਕਹਿੰਦੇ ਵੀ ਕਰਦੇ ਨੂੰ ਬੰਦ ਆ ਲੋ ਵਿਖ ਲੋ ਨਾਲ ਦੀ ਨਾਲ ਫੀਡਬੈਕ ਆ ਜਾਂਦੀ ਆ ਉਹ ਜਿਹੜੇ ਡਿਊਟੀ ਤੇ ਸਨ ਮੁੰਡੇ ਉਹ ਕਹਿੰਦੇ ਜੀ ਬਿਲਕੁਲ ਕਰ ਦੇਣਾ ਸੀ ਇਸ ਆਕ ਵਿੱਚ ਆ ਬਸ ਸਾਡੀ ਨਾਲ ਛੁੱਟੀ ਪੱਕੀ ਕਰਾ ਦਿਓ ਵੀਰ ਬਣ ਕੇ ਮੈਂ ਕਹਿੰਦਾ ਇਹ ਸਾਡਾ ਹੋਵੇ ਅਸੀਂ ਅਥਾਰਟੀ ਹੋਈਏ ਤੇ ਅਸੀਂ ਤੇ ਤੁਹਾਡੀਆਂ ਨਾ 4 ਛੱਡ ਕੇ 6 ਛੁੱਟੀਆਂ ਮਹੀਨੇ ਦੀਆਂ ਪੱਕੀਆਂ ਕਰ ਦਈਏ ਜੀ 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 ਮੰਗਾ ਆ ਵੀ ਗਈ ਹੈ ਵੇਖ ਲੋ ਹਾਂਜੀ ਹਾਂਜੀ ਯਾਨੀ ਇਹਦਾ ਮਤਲਬ ਕਿ ਪੁਲਿਸ ਵਾਲੇ ਪ੍ਰੋਗਰਾਮ ਸੁਣਦੇ ਆ ਤੇ ਬਚ ਕੇ ਬੋਲਣਾ ਜਿੰਨਾ ਵੀ ਬੋਲਣਾ ਪਰ ਹੁਣ ਇਹ ਜਾਜੇ ਕੇ ਚੜ ਲਏ ਜੀ ਇਹ ਤਾਂ ਭਾਈ ਜਾਜ ਕਿੜਾ ਕਈ ਤੋਂ ਸੁੱਖਾ ਪੀ ਕੇ ਵੀ ਕਹਿ ਦਿੰਦੇ ਨਾ ਜਾਜ ਚੜ ਗਿਆ ਫਲਾਣਾ ਇਹ ਤਾਂ ਕਿਨਕੇ ਸ਼ੂਕ ਦੇ ਜਾ ਰਹੇ ਹਨ ਸ਼ੂ ਕਰਕੇ ਪ੍ਰਦੇਸਾਂ ਨੂੰ ਚਲੇ ਨੇਗੇ ਪੁਲਿਸ ਚੱਲੀ ਪ੍ਰਦੇਸ ਹਾਂਜੀ ਕੋਣ ਲਈ ਮੈਂ ਖਬਰ ਦੇਖ ਰਿਹਾ ਸੀਗਾ ਕਿ ਵੀ ਕਹਿੰਦੇ ਕਿ ਵੀ ਹੋਰ ਨਾ ਮਹਿਕਮੇ ਚ ਜਿੱਦਾਂ ਕਿ ਪਟਵਾਰੀ ਆ ਹੋਰ ਨੌਕਰੀ ਛੱਡ ਕੇ ਪੁਲਿਸ ਵਾਲੇ ਪਾਸੇ ਆ ਗਏ ਆ ਪਰ ਹੁਣ ਆ ਫਿਰ ਚਿੰਤਾ ਖੜੀ ਹੋਊਗੀ ਕਿ ਬਾਈ ਹੁਣ ਜਿਹੜੇ ਪਹਿਲਾਂ ਦੇ ਲੱਗੇ ਹੋਏ ਤੇ ਉਹ ਬਾਈ ਉਡਾਰੀਆਂ ਮਾਰੀ ਜਾਂਦੇ ਫਿਰ ਫਿਰ ਇਦਾਂ ਹੁੰਦਾ ਨਾ ਮਾਨ ਸਾਹਿਬ ਕਿ ਉਧਰਲੀ ਜ਼ਿੰਦਗੀ ਥੋੜੀ ਖਿੱਚਦੀ ਵੀ ਆ ਬੰਦੇ ਨੂੰ ਇੱਥੇ ਉਹਨੇ ਬੰਦੇ ਨੇ ਸਰਵਸ ਕਰ ਲਈ ਕੋਈ 20 ਸਾਲ ਜੀ ਜਵਾਕ ਉਧਰ ਘਲਾ ਦਿੱਤੇ ਜੀ ਜਵਾਕ ਹੋ ਗਏ ਸੈਟ ਜੀ ਤੇ ਫਿਰ ਉਹ ਬਾਪੂ ਨੂੰ ਕਹਿੰਦੇ ਕਿ ਬਾਪੂ ساری ਜ਼ਿੰਦਗੀ ਇੱਥੇ ਉਹ ਕੀ ਕੀਤਾ ਐਵੇਂ ਧੱਕੇ ਖਾਦੇ ਆ ਜੀ ਇੱਧਰ ਇਨਾ ਦਵਾਈ ਇੱਥੇ ਆ ਤੇ ਨਜ਼ਾਰੇ ਨਾਲ ਰਹਿ ਜੀ ਤੇ ਬਾਪੂ ਨੂੰ ਵੀ ਹੁੰਦਾ ਠਾਣਿਆਂ 'ਚ ਵੱਡੇ ਅਫਸਰਾਂ ਨੂੰ ਸਲੂਟ ਮਾਰ ਮਾਰ ਕੇ ساری ਜ਼ਿੰਦਗੀ ਕੱਟੀ ਏ ਯਾਰ ਚੱਲ ਮਨਾ ਜੀ ਨਿਕਲ ਚੱਲ ਜੀ ਆ ਹੀ ਆ ਫਿਰ ਹਾਂਜੀ ਹੁਣ ਦੇਖੋ ਅੱਜ ਡਾਟਾ ਜਿਹੜਾ ਨਿਕਲ ਕੇ ਆ ਰਿਹਾ ਜੀ ਕਹਿੰਦੇ ਆ ਕਿ 19 ਤੋਂ ਲੈ ਕੇ 21 ਤੱਕ ਢਾਈ ਕੁ ਸਾਲ ਦਾ ਡਾਟਾ ਹੈ ਜਿਹਦੇ ਵਿੱਚ ਤਕਰੀਬਨ 100 ਪੁਲਿਸ ਕਰਮਚਾਰੀ ਜਾਂ ਅਧਿਕਾਰੀ ਜਿਹੜੇ ਆ ਵੀਆਰਐਸ ਲੈ ਕੇ ਚਲੇ ਗਏ ਆ ਕਿਉਂਕਿ ਵੀਆਰਐਸ ਲੈਣੀ ਆ ਜਦ ਤੁਹਾਨੂੰ ਨਾ ਉੱਥੇ ਕਾਰਨ ਜ਼ਰੂਰ ਮੈਂਸ਼ਨ ਕਰਨਾ ਪਏਗਾ ਜੀ ਤਾਂ ਜੇ ਉਹ ਸਾਰਾ ਡਾਟਾ ਚੈੱਕ ਕੀਤਾ ਜਾਵੇ ਤਾਂ ਮਤਲਬ ਆਸਤਨ 40 ਕਰਮਚਾਰੀ ਅਧਿਕਾਰੀ ਪੁਲਿਸ ਮਹਿਕਮੇ ਦੇ ਉਹ ਵੀਆਰਐਸ ਲੈ ਕੇ ਯਾਨੀ ਆਪਣਾ ਇਹ ਕਾਰਨ ਦੱਸ ਕੇ ਕਿ ਅਸੀਂ ਵਿਦੇਸ਼ ਚੱਲੇ ਆਂ ਭਾਈ ਤੇ ਉਹ ਨਿਕਲ ਰਹੇ ਆ ਤੇ ਇਹਨਾਂ ਦੇ ਵਿੱਚ 6 ਡੀਐਸਪੀ ਤੇ 4 ਐਸਪੀ ਵੀ ਆ। ਮਤਲਬ ਕਰਮਚਾਰੀ ਆ ਗਿਆ ਚੌਲ ਹੌਲਦਾਰ ਤੱਕ ਆਪਾਂ ਦੇਖ ਲਈਓ ਰੈਂਕ ਤੱਕ ਪਠਾਨ ਛੋਟੇ ਠਾਣੇਦਾਰ ਤੱਕ ਆ ਗਿਆ ਤਾਂ ਵੱਡੇ ਉਤੋਂ ਇਨਸਪੈਕਟਰ ਆ ਗਿਆ ਡੀਐਸਪੀ ਆ ਗਿਆ ਤਾਂ ਇਹ ਵੀ ਜਾ ਰਹੇ ਆ ਛੋਟੇ ਵੀ ਜਾ ਰਹੇ ਆ ਵੱਡੇ ਵੀ ਜਾ ਰਹੇ ਆ। ਇਹ ਆਪਣੇ ਆਪ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਬੜੀ ਇੰਟਰਸਟਿੰਗ ਹੁਣ ਕਹਾਣੀ ਆ ਕਿ ਪੁਲਿਸ ਵਾਲੇ ਪਹਿਲੀ ਗੱਲ ਇਹ ਕਿ ਆਪਣੀ ਔਲਾਦ ਨੂੰ ਇੱਥੇ ਨਹੀਂ ਰੱਖ ਰਹੇ ਬਾਹਰ ਪੜਾ ਰਹੇ ਆ ਜੀ ਜਿਵੇਂ ਕੁਝ ਲੀਡਰਾਂ ਦੇ ਬੱਚੇ ਜਿਨ੍ਹਾਂ ਨੇ ਬਲਦੀ ਦੇ ਬੂਥੇ ਪੰਜਾਬ ਨੂੰ ਪਹਚਾਇਆ ਤੇ ਮੁੜ ਕੇ ਆਪਦੇ ਜਵਾਕ ਬਾਹਰ ਪੜਾਏ ਜੀ ਉਸੇ ਤਰ੍ਹਾਂ ਇਹ ਹੀ ਆ ਕਿ ਪੰਜਾਬ ਪੁਲਿਸ ਵਾਲੇ ਵੀ ਆਪਣੇ ਬੱਚਿਆਂ ਨੂੰ ਤਾਲੀਮ ਵਾਸਤੇ ਜਾਂ ਬਿਹਤਰ ਭਵਿੱਖ ਵਾਸਤੇ ਉੱਥੇ ਤੋਰ ਰਹੇ ਆ ਜੀ ਤੇ ਦੂਜੀ ਚੀਜ਼ ਕਿ ਜਦੋਂ ਸੈਟਲਡ ਹੋ ਜਾਂਦੇ ਆ ਫਿਰ ਵਾਪਸ ਨਹੀਂ ਚਲੇ ਜਾਂਦੇ ਸ਼ਾਇਦ ਕਿਤੇ ਨਾ ਕਿਤੇ ਮਕਸਦ ਹੀ ਰਿਹਾ ਹੋਵੇਗਾ ਜੀ ਕਿ ਬਹੁਤ ੱੱਕੇ ਤੋੜੇ ਖਾਲੇ ਉਧਰ ਨੂੰ ਜਾਵਾਂਗੇ ਜੀ ਤੋਂ ਲਾਈਫ ਸਟਾਈਲ ਵੀ ਖਿੱਚਦਾ ਹੈ ਮਾਨ ਸਾਹਿਬ ਮੈਂ ਨਾ ਵੈਸੇ ਕੋਈ ਠੋਸ ਡਾਟਾ ਤਾਂ ਹੈ ਨਹੀਂਗਾ ਜੀ ਪਰ ਜਿੰਨਾ ਨੂੰ ਅੰਦਾਜ਼ਾ ਹੈ ਜਿੰਨੀ ਆਪ ਕੋ ਅਸੀਂ ਮਤਲਬ ਕਿ ਗੱਲਾਂ ਬਾਤਾਂ ਕਰਦੇ ਆ ਪੜ੍ਹਦੇ ਆ ਜੀ ਇੱਕ ਅੰਦਾਜ਼ਾ ਹੈ ਕਿ 1 ਲੱਖ ਤੇ ਸਾਡਾ ਸਟੂਡੈਂਟ ਨਿਕਲ ਰਿਹਾ ਜੀ 1 ਲੱਖ ਇਹ ਸਾਰੇ ਦੇਸ਼ਾਂ ਦਾ ਕੱਲ ਕੈਨੇਡਾ ਆਪਾਂ ਇਹ ਸਮਝੀ ਜਨ ਨੇ ਸਾਰੇ ਕੈਨੇਡਾ ਜਾਂਦੇ ਆ ਨਹੀਂ ਸਾਡੇ ਬੱਚੇ ਜਰਮਨ ਜਰਮਨ ਵੀ ਜਾਂਦੇ ਨੇ ਪੜਨ ਵਾਸਤੇ ਨਿਊਜ਼ੀਲੈਂਡ ਵੀ ਜਾਂਦੇ ਆ ਆਸਟ੍ਰੇਲੀਆ ਵੀ ਜਾਂਦੇ ਆ ਯੂਕੇ ਵੀ ਜਾਂਦੇ ਆ ਯੂਐਸ ਵੀ ਜਾਂਦੇ ਆ ਤਾਂ ਕਈਆਂ ਨੂੰ ਸਟੂਡੈਂਟ ਦਾ ਮਤਲਬ ਇਹ ਹੁੰਦਾ ਇੰਟਰਨੈਸ਼ਨਲ ਸਟੂਡੈਂਟ ਦਾ ਮਤਲਬ ਹੈ ਕਿ ਕੈਨੇਡਾ ਹੀ ਬੱਸ ਇੰਟਰਨੈਸ਼ਨਲ ਸਟੂਡੈਂਟ ਦੀ ਕੋਈ ਮੇਲ ਵੀ ਆਈ ਹੈ ਸਾਨੂੰ ਜੀ ਉਹਦੇ ਤੇ ਵੀ ਗੱਲ ਜ਼ਰੂਰ ਕਰਿਓ ਹਾਂਜੀ ਹਾਂਜੀ ਬਿਲਕੁਲ ਮੈਂ ਦੇਖ ਰਿਹਾ ਸੀਗਾ ਯਤਨ ਕਰਾਂਗੇ ਕਿ ਉਹ ਕੱਲ ਨੂੰ ਆਪਾਂ ਉਹਨਾਂ ਦੀ ਸਟੋਰੀ ਸਾਂਝੀ ਕਰਾਂ ਹਾਂਜੀ ਜ਼ਰੂਰ ਕਰਿਓ ਅੱਛਾ ਤਾ ਹੁਣ ਇਹ ਆ ਕਿ ਲਾਈਫਸਟਾਈਲ ਵੀ ਖਿੱਚਦਾ ਹੈ ਨਾ ਦਿੱਕਤ ਇਹ ਵੀ ਹੈ ਤਾਂ ਇਸੇ ਕਰਕੇ ਹੁਣ 1 ਲੱਖ ਸਟੂਡੈਂਟ ਤੇ 1 ਲੱਖ ਆਦਰਸ तकरीबन ਚੰਡੀਗੜ੍ਹ ਪੰਜਾਬ ਇਹ ਇਸ ਇਲਾਕੇ ਚ ਹਿਜਰਤ ਕਰ ਜਾਂਦਾ ਆ ਜੀ ਤੇ ਬਹੁਤ ਵੱਡਾ ਨੰਬਰ ਹੈ ਜੀ ਬਹੁਤ ਵੱਡਾ ਨੰਬਰ ਆ ਤੇ ਉਹ ਲਾਈਫਸਟਾਈਲ ਦੀ ਇੱਕ ਖਿੱਚ ਵੀ ਹੈ ਮਾਨ ਸਾਹਿਬ ਹਾਂਜੀ ਉਹ ਜਦੋਂ ਜਦੋਂ ਨਾ ਰੀਲ ਜੀ ਪਾਉਂਦੇ ਤਕੜੀਆਂ ਕੋਠੀਆਂ ਹੁੰਦੀਆਂ ਨੇ ਬਰਫ਼ ਬੁਰਫ਼ ਤੇ ਉਹ ਚੀਜ਼ਾਂ ਕਿ ਉਹਨੂੰ ਬੋਲਦੇ ਟਿਮ ਹਾਟਨ ਪਤਾ ਨਹੀਂ ਮੈਨੂੰ ਬਦਮਾ ਨਹੀਂ ਤੁਹਾਡੇ ਵਰਗੇ ਕੁੱਪੂ ਜਿਹਾ ਚੱਕ ਲੈਂਦੇ ਉਹ ਪਿੰਦੇ ਨੇ ਉਹ ਬੜੇ ਵਧੀਆ ਟੰਗ ਨਾਲ ਟਿਮ ਹਾਟਨ ਹੀ ਹੁੰਦਾ ਹੈ ਸ਼ਾਇਦ ਉਹ ਚੀਜ਼ਾਂ ਫਿਰ ਖਿੱਚਦਿਆਂ ਨੇ ਉਹ ਜਦੋਂ ਦੱਸਦੇ ਵੀ ਘੰਟੇ ਦੇ ਇੰਨੇ ਡਾਲਰ ਬਣਦੇ ਐ ਇੰਨੇ ਡਾਲਰ ਤੁਸੀਂ ਹੁਣ ਗੁਣਾ ਕਰ ਲਓ ਮਲਟੀਪਲਾਈ ਕਰੋ ਤਾਂ ਇੱਥੇ ਤੇ ਆਮ ਬੰਦੇ ਦੇ ਸਾਹ ਹੀ ਤਾਂ ਦੀ ਤਾਂ ਚੜ ਜਾਂਦੇ ਹੈ ਹੈ ਇੱਕ ਘੰਟੇ ਦੇ ਇੰਨੇ ਬਣ ਰਹੇ ਆ ਤਾਂ ਉਹ ਲਾਈਫ ਸਟਾਈਲ ਖਿੱਚਦਾ ਹੈ ਬਾਈ ਉਹ ਕਮਾਈ ਖਿੱਚਦੀ ਹੈ ਮੇਰਾ ਖੁਦ ਦਾ ਮਤਲਬ ਕਿ ਬ੍ਰਦਰ ਵੀ ਹੈ ਤੇ ਸਾਡਾ ਦੋਸਤ ਵੀ ਹੈ ਪੁਲਿਸ 'ਚ ਚੰਗੀ ਵਾਈ ਹੈ ਠੋਕਮੀ ਪੈਲੀ ਵੀ ਝੋਟੇ ਦੇ ਸਿਰ ਅਰਗੇ ਪਰ ਨਹੀਂ ਛੋਟੇ ਛੋਟੇ ਬੱਚੇ ਹੀ ਰਿਆ ਅਰਗੇ ਦੋ ਕੱਲਾ ਕਤਰਾ ਕਿਸੇ ਚੀਜ਼ ਦੀ ਕਮੀ ਨਹੀਂ ਅੱਛਾ ਪੁਲਿਸ 'ਚ ਗਿਆ ਤਾਂ ਪੁਲਿਸ 'ਚ ਵੀ ਸੈਟਿੰਗ ਜੌਬ ਹੀ ਆਉਦੀ ਅੱਛਾ ਜੀ ਜ਼ਿਆਦਾ ਪਾਦਾ ਨਹੀਂ ਕਿਥੋਂ ਕੀੜਾ ਵੱਢ ਗਿਆ ਹੁਣ ਉੱਡ ਜਾ ਉੱਡ ਜਾ ਕਰਦਾ ਚਿੱਤ ਜੇ ਤੂੰ ਉੱਡ ਜਾ ਕਹਿੰਦਾ ਵੀ ਮੈਂ ਤਾਂ ਕੈਨੇਡਾ ਜਾਣਾ ਕੈਨੇਡਾ ਹੀ ਜਾਣਾ ਮੈਂ ਮੈਂ ਮਤਲਬ ਕਿ ਜੌਬ ਕਰਨੀ ਨਹੀਂ ਮੈਂ ਅੱਕ ਗਿਆ ਹਾਲਾਂਕਿ ਸਿਟਿੰਗ ਜੌਬ ਹੈ ਜਿਵੇਂ ਜੋ ਅਗਰੇ ਹੜ ਕਰ ਲਾ ਕਹਿੰਦਾ ਬਸ ਭਾਈ ਕੈਨੇਡਾ ਹੀ ਨਹੀਂ ਫਿਰ ਮਤਲਬ ਕਿ ਰੀਅਲ ਟਾਈਮ ਡਾਟਾ ਦਿਖਾਇਆ ਵੀ ਆ ਰਹੀ ਇਹ ਠੀਕ ਆ ਜਿੱਥੇ ਇੱਥੇ ਤੁਹਾਡਾ ਸੂਤ ਹੈ ਜੀ ਵਧੀਆ ਜੌਬ ਹੈ ਵਧੀਆ ਵਾਹੀ ਹੈ ਇੱਥੇ ਮਹਿਲ ਘਰ ਆ ਉੱਥੇ ਰੈਂਟਾਂ ਰੂੰਟਾਂ ਦੇ ਰਹੋਗੇ ਤੁਸੀਂ ਜੀ ਇਦਾਂ ਹੀ ਚੱਲੂਗਾ ਜਾਂ ਫਿਰ ਕਿਸ਼ਤਾਂ ਕੁਸ਼ਤਾਂ ਦੇ ਬੜਾ ਔਖਾ ਹੈ ਕੋਈ ਪੰਜ ਇਹ ਨਹੀਂ ਹੈ ਕਿ ਜਾਂਦੇ ਜਿਵੇਂ ਇੱਥੇ ਆ ਤੇ ਇੱਥੇ ਤਾਂ ਤੜ ਕੇ ਉੱਠ ਕੇ ਬਾਪੂ ਜੀ ਬਾਪੂ ਜੀ ਪੈਸੇ ਮੁਕੇ ਜਾਂਦੇ ਤੇ ਬਾਪੂ ਦਾ ਏਟੀਐਮ ਪਾ ਲੈਂਦਾ ਜੇਬ ਚ ਇੰਨੀਆਂ ਸਹੂਲਤਾਂ ਮੈਂ ਕਿਹਾ ਵੀ ਉੱਥੇ ਇੰਨਾ ਸੌਖਾ ਨਹੀਂ ਇਸ ਉਮਰ ਦੇ ਵਿੱਚ ਜਾ ਕੇ ਦੁਬਾਰਾ ਜ਼ਿੰਦਗੀ ਨੂੰ ਹਣਾ ਸੰਘਰਸ਼ ਦੇ ਪੜਚ ਉਤਾਰਨਾ ਤੇ ਵਾਕਈ ਤੁਸੀਂ ਕਾਮਯਾਬ ਹੋ ਜਾਓਗੇ ਦੀ ਕੋਈ ਗਾਰੰਟੀ ਨਹੀਂ ਹੁੰਦੀ ਬਿਲਕੁਲ ਬਿਲਕੁਲ ਤਾਂ ਫਿਰ ਉਹ ਤੇ ਕਿਹਾ ਮਤਲਬ ਕਿ ਖਿੱਚ ਹੈ ਪੁਲਿਸ ਵਾਲਿਆਂ ਚ ਵੀ ਖਿੱਚ ਵੀ ਕੰਮ ਚ ਆ ਲੀ ਜਾਂਦਾ ਕੋਈ ਹੋਰ ਸੱਜਣ ਮਿੱਤਰ ਵੀ ਆ ਜਾਂਦਾ ਬਹੁਤ ਸਾਰੇ ਹਾਂਜੀ ਬਹੁਤ ਸਾਰੇ ਤੁਹਾਨੂੰ ਪੁਲਿਸ ਵਾਲੇ ਇਸ ਤਰ੍ਹਾਂ ਦੇ ਮਿਲ ਜਾਣਗੇ ਜਿਨ੍ਹਾਂ ਨੇ ਮਤਲਬ ਕਿ ਜ਼ਿਆਦਾ ਵੱਡੀ ਉਮਰ ਤੇ ਨਹੀਂ ਸੀ ਯੰਗ ਏਜ ਦੇ ਵਿੱਚ ਸਰਵਸਤ ਦੀ ਆਪਣੀ ਸ਼ੱਡੀ ਤਾਂ ਚਲੇ ਗਿਆ ਬਿਲਕੁਲ ਹੁਣ ਤਾਂ ਪ੍ਰੋਫੈਸਰ ਤੱਕ ਵੀ ਆਪਾਂ ਦੇਖਿਆ ਨਾ ਹਾਂਜੀ ਕਿ ਬਹੁਤ ਸਾਰੇ ਜਿਹੜੇ ਇਧਰੋਂ ਮਤਲਬ ਕਿ ਅਧਿਆਪਨ ਚੋਂ ਉਕੇ ਉਹ ਵੀ ਦੇਖਦੇ ਆਪਾਂ ਇੱਕ ਦੇਖਦੇ ਆ ਹਾਂਜੀ ਆ ਪਿਛਲੇ ਦਿਨੀ ਆਪਾਂ ਰੈਵਨਿਊ ਡਿਪਾਰਟਮੈਂਟ ਦੇ ਇੱਕ ਸੱਜਣ ਦੀ ਗੱਲ ਕੀਤੀ ਸੀਗੀ ਇੱਥੇ ਬਹੁਤ ਅੱਛੇ ਉਹ ਮਾਲ ਮਹਿਕਮੇ ਦੇ ਅਧਿਕਾਰੀ ਸੀਗੇ ਕਿੰਨੇ ਨਹੀਂ ਜਾ ਰਹੇ ਜੀ ਪੀਆਰ ਹੋਗੇ ਦੋਨੇ ਜੀ ਜੀ ਲਹਿ ਰਹੇ ਆ ਬਈ ਹੁਣ ਆਪਾਂ ਰੋਕ ਥੋੜੀ ਸਕਦੇ ਡਿਸੀਜਨ ਨੇ ਸਾਰਿਆਂ ਦੇ ਜੀ ਜੀ ਤਾਂ ਪੁਲਿਸ ਵਾਲੇ ਵੀ ਆਪਣੇ ਚ ਹੀ ਆਉਂਦੇ ਆ ਬਿਲਕੁਲ ਜਦੋਂ ਜੀ ਕੀਤਾ ਜਾਨ ਬਾਈ ਜੀ ਜੀ ਪਰ ਪੰਜਾਬ ਦੇ ਵਿੱਚ ਇਸ ਹਿਸਾਬ ਨਾਲ ਹੁਣ ਜਿਵੇਂ ਨੰਬਰ ਨੇ ਤਾਂ ਪੰਜਾਬ 'ਚ ਯਾਰ ਕਿੰਨੇ ਕੁ ਰਹਿ ਜਾਵਾਂਗੇ ਵੀ ਇੱਕ ਬੜਾ ਵੱਡਾ ਸਵਾਲ ਆ ਬਿਲਕੁਲ ਬਿਲਕੁਲ ਸਾਨੂੰ ਦੁੱਖੋਂ ਤੇ ਜਾਣਦਾ ਨਹੀਂ ਆ ਦੁੱਖ ਇਹ ਆ ਕਿ ਉਹ ਕਦੇ ਕਦਾਈ ਆਇਆ ਕਰਨਗੇ ਫਿਰ ਉਹ ਮਤਲਬ ਬੇਗਾਨੇ ਸੱਜਣਾਂ ਦੀ ਸੂਚੀ ਸ਼ਾਮਲ ਹੋ ਜਾਣਗੇ ਨਹੀਂ ਬੇਗਾਨੇ ਤੇ ਨਹੀਂ ਹੈਗੇ ਪਰ ਇਹ ਬਸ ਕਦੇ ਕਦਾਈ ਜੋਗੀ ਵਾਲੀ ਫੇਰੀ ਬਣ ਜਾਂਦੀ ਆ ਜੀ ਜੀ ਬਿਲਕੁਲ ਬਿਲਕੁਲ ਜੀ ਇਧਰੋਂ ਨਿਰਵੈਰ ਜੀ ਕਹ ਰਹੇ ਕਹਿੰਦੇ ਕਿ ਜੀ ਕੋਈ ਲਾਈਫ ਨਹੀਂ ਜੀ 14-14 ਘੰਟੇ ਕੰਮ ਕਰਨਾ ਪੈਂਦਾ ਜੀ ਕਹਿੰਦੇ ਕਿ ਤੇ ਹਾਂ ਦੋਹੇ ਪਾਸੇ ਨੇ ਜੀ ਜੀ ਮਤਲਬ ਕਿ ਕੁਛ ਉਧਰ ਫਾਇਦੇ ਵੀ ਨੇ ਕੁਝ ਸੰਘਰਸ਼ ਵੀ ਹੈ ਜੀ ਹੈ ਵੀ ਆ ਪਰ ਜਿਹੜੇ ਬੰਦੇ ਦਾ ਇੱਥੇ ਸੂਤ ਆ ਦੇਖੋ ਜਿਹਦਾ ਨਹੀਂ ਸੂਤ ਬਈ ਉਹਨੇ ਹੱਥ ਪੈਰ ਮਾਰ ਨਹੀਂ ਆ ਕੋਈ ਤਨ ਪੱਤਰ ਨਹੀਂ ਲੱਗਿਆ ਮਾਰ ਨਹੀਂ ਆ ਜੀ ਠੀਕ ਹੈ ਨਾ ਹੁਣ ਕਈ ਸਧਾਰਨ ਘਰਾਂ ਦੀਆਂ ਬੱਚੀਆਂ ਕੋਈ ਗੁੱਸਾ ਨਾ ਕਰੇ ਕੋਈ ਸਾਹਸਤੇ ਮਤਲਬ ਕਿ ਆ ਕਰਦੀਆਂ ਨੇ ਆ ਆਈ ਲੈਸ ਕਿ ਸਾਡੇ ਸ਼ੀਵ ਬੈਂਡ ਆ ਜਾਣਗੇ اچھا ਘਰ ਮਿਲ ਜਾਏਗਾ اچھا ਜੀਵਨ ਸਾਥੀ ਮਿਲ ਜਾਏਗਾ ਆਦਰਵਾਇਸ ਉਡੀ ਤੋਰ ਨੇ ਬਹੁਤ ਔਖੀ ਆ ਸੋ। ਮਤਲਬ ਕਿ ਕੁਝ ਇਹ ਵੀ ਚੀਜ਼ਾਂ ਇਹ ਵੀ ਤੱਥ ਹੈਗੇ ਨੇ ਨਾ ਜਿਹੜੇ ਆਪਾਂ ਕਈ ਵਾਰ ਦਰਕਨਾਰ ਕਰ ਦਿੰਦੇ ਆ। ਹਾਂਜੀ ਨੇ ਇਹ ਫੈਕਟ ਵੀ ਹੈਗੇ ਆ ਵਾਕਿਆ। ਇਹ ਹੈਗੇ ਨੇ ਇਹ ਇਹ ਵੀ ਹੈ। ਛੋਟਾ ਬੰਦਾ ਛੋਟਾ ਜਿਹਾ ਇਹ ਕੋਈ ਛੋਟਾ ਜੀਮੇਂਦਾਰ ਕਹਿੰਦਾ ਯਾਰ ਕੋਈ ਗੱਲ ਨਹੀਂ ਆ। ਕਿ ਬੱਚਾ ਟਿਕਾਣੇ ਲੱਗ ਜਾਵੇ ਤਾਂ ਉਹਦਾ ਮਤਲਬ ਕਿ ਘਰ-ਬਾਰ ਅੱਛਾ ਬਣ ਜਾਏਗਾ। ਉਹ ਹੈ ਪਰ ਜਿਹਦਾ ਆਲਰੇਡੀ ਅੱਛਾ ਘਰ-ਬਾਰ ਹੈ ਜੇ ਉਹ ਵੀ ਸੁੱਖ-ਸਹੂਲਤਾਂ ਦਾ ਤਿਆਗ ਕਰਕੇ ਦਰ ਨੂੰ ਪੈ ਰਿਆ ਤਾਂ ਬਾਈ ਫਿਰ ਉਹਦਾ ਫੈਸਲਾ ਉਹ ਜਾਣੇ।